ਚੋਣਾਂ ਦੇ ਵਿੱਚ ਹਰ ਰਾਜਨੀਤਿਕ ਪਾਰਟੀ ਆਪਣਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਪੇਸ਼ ਕਰਦੀ ਹੈ। ਔਰ ਉਸੇ ਤਰਜ਼ੀਹ ਦੇ ਉੱਪਰ ਕਾਂਗਰਸ ਪਾਰਟੀ ਅੱਜ ਜੋ ਸਰਕਾਰਾਂ ਦੀਆਂ ਪਿਛਲੇ 2 ਸਾਲ ਦੀਆਂ ਕਾਰਗੁਜ਼ਾਰੀਆਂ ਰਹੀ ਹੈ, ਜੋ ਪਿਛਲੇ ਸਮੇਂ 'ਚ BJP ਦੀ ਕਾਰਗੁਜ਼ਾਰੀ ਰਹੀ ਹੈ, ਉਹ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਊਗੀ। ਔਰ ਜੋ ਮੈਂ ਆਪਣੇ ਪਿਛਲੇ ਇਲਾਕੇ 'ਚ ਸੰਗਰੂਰ ਦੇ ਵਿੱਚ ਕੰਮ ਕੀਤਾ, ਅੱਜ ਪਾਰਟੀ ਨੇ ਮੈਨੂੰ ਇਸ ਇਲਾਕੇ ਦੀ ਜ਼ਿੰਮੇਵਾਰੀ ਦਿੱਤੀ ਹੈ। ਔਰ ਇਸ ਇਲਾਕੇ ਵਿੱਚ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਨੂੰ ਹੋਰ ਡਿਵੈਲਪ ਕਰਨ ਵਾਸਤੇ ਪੂਰੇ ਇਲਾਕੇ ਨੂੰ ਕੀ ਸਾਡਾ ਏਜੰਡਾ ਹੋਊਗਾ, ਉਹ ਤੁਹਾਡੇ ਸਾਹਮਣੇ ਅਸੀਂ ਆਉਣ ਵਾਲੇ ਸਮੇਂ 'ਚ ਅਨਵੀਲ ਕਰਾਂਗੇ। ਅੱਜ ਦਾ ਸਿਰਫ ਮਕਸਦ ਇਹ ਹੈ ਕਿ ਪਾਰਟੀ ਨੇ ਨਾਮਜ਼ਦ ਕੀਤਾ ਸੇਵਾ ਕਰਨ ਵਾਸਤੇ, ਇਮਾਨਦਾਰੀ ਅਤੇ ਸੱਚਾਈ ਨਾਲ ਇਸ ਇਲਾਕੇ ਦੀ ਸੇਵਾ ਕਰਨੀ ਹੈ, ਉਸ ਸੋਚ ਨਾਲ ਮੈਂ ਆਪਣੇ ਇਸ ਇਲਾਕੇ ਵਿੱਚ ਆਇਆ। ਮੁੱਖ ਮੰਤਰੀ ਕਹਿੰਦੇ ਨੇ 0-13 ਦੀ ਗੱਲ ਕਰਦੇ ਨੇ, ਕਿਤੇ 0-13 ਦੀ ਤੁਸੀਂ ਕਹਿ ਦਿੱਤਾ 0-13 ਨਹੀਂ, ਆਪ ਗੱਲ ਕਰ ਰਹੇ ਵੀ 13 ਸੀਟਾਂ ਦੀ, ਮੈਂ ਕਿਹਾ ਜੀਰੋ ਬਾਕੀ ਪਾਰਟੀ ਅੱਜ ਉਹਨੇ ਉਹ ਮੈਂ ਸੋਚਿਆ ਤੁਸੀਂ 0-13 ਕਿਹਾ ਵੀ ਉਹ। ਦੇਖੋ ਗੱਲ ਇਹ ਹੈ ਕਿ ਕਲੇਮ ਕਰਨਾ ਅੱਡ ਗੱਲ ਹੁੰਦੀ ਹੈ ਤੇ ਜਦੋਂ ਚੋਣਾਂ ਦਾ ਨਤੀਜਾ ਆਉਂਦਾ ਉਦੋਂ ਅੱਡ ਗੱਲ ਹੁੰਦੀ ਹੈ, ਤੇ ਕਈ ਵਾਰ ਸਾਡੇ ਐਗਜ਼ਿਟ ਪੋਲਸ ਵੀ ਆਉਂਦੇ ਆ, ਸਰਵੇ ਰਿਪੋਰਟਸ ਵੀ ਆਉਂਦੀਆਂ, ਉਹ ਵੀ ਕਈ ਵਾਰ ਕੁਛ ਕਹਿੰਦੀ ਆ ਤੇ ਨਤੀਜੇ ਕੁਛ ਆਉਂਦੇ ਆ। ਤੋ ਇਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਕਿ ਪੰਜਾਬ 'ਚ 13-0 ਹੁੰਦਾ ਕਿ 0-13 ਹੁੰਦਾ। ਸਰ BJP ਵੱਲੋਂ ਇੱਕ ਤੁਹਾਡੇ ਮੈਨੀਫੈਸਟੋ ਨੂੰ ਲੈ ਕੇ ਹਮਲਾ ਕੀਤਾ ਗਿਆ ਕਿ ਉਹਨਾਂ ਨੂੰ ਵੈਸਟ ਸਰਵੇ ਨੂੰ ਲੈ ਕੇ ਸਵਾਲ ਚੁੱਕੇ ਸੀਗੇ। ਦੇਖੋ ਜਦੋਂ ਚੋਣਾਂ ਆਉਂਦੀਆਂ ਨਾ, ਹਰ ਰਾਜਨੀਤਿਕ ਪਾਰਟੀ ਤੇ ਹਰ ਰਾਜਨੀਤਿਕ ਪਾਰਟੀ ਦੇ ਲੀਡਰ ਕੋਈ ਨਾ ਕੋਈ ਕਮੀਆਂ ਕੱਢਦੇ ਆ ਆਪਣਾ ਉਸ ਗੱਲ ਨੂੰ ਲੋਕਾਂ ਤੱਕ ਨੈਗੇਟਿਵ ਤਰੀਕੇ ਨਾਲ ਪਹੁੰਚਾਉਣ ਦੀ। ਇਹ ਲੋਕਾਂ ਨੇ ਸਮਝਣਾ ਹੁੰਦਾ, ਬਹੁਤ ਦੁਨੀਆ ਸਮਝਦਾਰ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਰ ਬੰਦਾ ਆਪ ਪੜ੍ਹਿਆ ਲਿਖਿਆ ਔਰ ਹਰ ਬੰਦਾ ਆਪ ਸੋਸ਼ਲੀ ਬਹੁਤ ਐਕਟਿਵ ਹੈ ਔਰ ਹਰ ਆਦਮੀ ਇਸ ਗੱਲ ਨੂੰ ਸਮਝਦਾ ਕਿ ਇਹ ਨੈਰੇਟਿਵ ਬਿਲਡ ਕਰਨ ਦੀ ਕੀ ਗੱਲ ਹੋ ਰਹੀ ਹੈ। ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ 'ਚ ਮੇਰੇ ਬਾਰੇ ਵੀ ਕੁਛ ਬੋਲਣਗੇ, ਲੇਕਿਨ ਮੇਰਾ ਏਜੰਡਾ ਇੱਕ ਪੋਜ਼ਿਟਿਵ ਏਜੰਡਾ, ਮੇਰਾ ਏਜੰਡਾ ਇੱਕ ਡਿਵੈਲਪਮੈਂਟ ਦਾ ਏਜੰਡਾ, ਮੇਰਾ ਏਜੰਡਾ ਇਸ ਇਲਾਕੇ ਦੇ ਜਿਹੜੇ ਬੱਚੇ ਆ ਉਹਨਾਂ ਦਾ ਚੰਗਾ ਬੈਟਰ ਭਵਿੱਖ ਹੋ ਸਕੇ, ਨੌਜਵਾਨੀ ਨੂੰ ਸਹਿਯੋਗ ਮਿਲ ਸਕੇ, ਉਰੇ ਲੋਕ ਇੰਪਾਵਰ ਹੋ ਸਕਣ, ਮੇਰਾ ਉਹ ਏਜੰਡਾ ਜੋ ਮੈਂ ਏਜੰਡਾ ਪਿੱਛੇ ਕਰਕੇ ਆਇਆ, ਉਹ ਏਜੰਡਾ ਮੈਂ ਆਉਣ ਵਾਲੇ ਸਮੇਂ 'ਚ ਉਰੇ ਕਰਨਾ ਚਾਹੁੰਦਾ। ਚੋਣਾਂ ਦੇ ਵਿੱਚ ਹਰ ਰਾਜਨੀਤਿਕ ਪਾਰਟੀ ਆਪਣਾ ਏਜੰਡਾ ਲੈ ਕੇ ਲੋਕਾਂ ਦੇ ਵਿੱਚ ਪੇਸ਼ ਕਰਦੀ ਹੈ ਔਰ ਉਸੇ ਤਰਜ਼ੀਹ ਦੇ ਉੱਪਰ ਕਾਂਗਰਸ ਪਾਰਟੀ ਅੱਜ ਜੋ ਸਰਕਾਰਾਂ ਦੀਆਂ ਪਿਛਲੇ 2 ਸਾਲ ਦੀਆਂ ਕਾਰਗੁਜ਼ਾਰੀਆਂ ਰਹੀ ਹੈ, ਜੋ ਪਿਛਲੇ ਸਮੇਂ 'ਚ BJP ਦੀ ਕਾਰਗੁਜ਼ਾਰੀ ਰਹੀ ਹੈ, ਉਹ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਜਾਊਗੀ। ਔਰ ਜੋ ਮੈਂ ਆਪਣੇ ਪਿਛਲੇ ਇਲਾਕੇ 'ਚ ਸੰਗਰੂਰ ਦੇ ਵਿੱਚ ਕੰਮ ਕੀਤਾ, ਅੱਜ ਪਾਰਟੀ ਨੇ ਮੈਨੂੰ ਇਸ ਇਲਾਕੇ ਦੀ ਜ਼ਿੰਮੇਵਾਰੀ ਦਿੱਤੀ ਹੈ ਔਰ ਇਸ ਇਲਾਕੇ ਵਿੱਚ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਨੂੰ ਹੋਰ ਡਿਵੈਲਪ ਕਰਨ ਵਾਸਤੇ ਪੂਰੇ ਇਲਾਕੇ ਨੂੰ ਕੀ ਸਾਡਾ ਏਜੰਡਾ ਹੋਊਗਾ, ਉਹ ਤੁਹਾਡੇ ਸਾਹਮਣੇ ਅਸੀਂ ਆਉਣ ਵਾਲੇ ਸਮੇਂ 'ਚ ਅਨਵੀਲ ਕਰਾਂਗੇ। ਅੱਜ ਦਾ ਸਿਰਫ ਮਕਸਦ ਇਹ ਹੈ ਕਿ ਪਾਰਟੀ ਨੇ ਨਾਮਜ਼ਦ ਕੀਤਾ ਸੇਵਾ ਕਰਨ ਵਾਸਤੇ, ਇਮਾਨਦਾਰੀ ਅਤੇ ਸੱਚਾਈ ਨਾਲ ਇਸ ਇਲਾਕੇ ਦੀ ਸੇਵਾ ਕਰਨੀ ਹੈ, ਉਸ ਸੋਚ ਨਾਲ ਮੈਂ ਆਪਣੇ ਇਸ ਇਲਾਕੇ ਵਿੱਚ ਆਇਆ। ਮੁੱਖ ਮੰਤਰੀ ਕਹਿੰਦੇ ਨੇ 0-13 ਦੀ ਗੱਲ ਕਰਦੇ ਨੇ, ਕਿਤੇ 0-13 ਦੀ ਤੁਸੀਂ ਕਹਿ ਦਿੱਤਾ 0-13 ਨਹੀਂ, ਆਪ ਗੱਲ ਕਰ ਰਹੇ ਵੀ 13 ਸੀਟਾਂ ਦੀ, ਮੈਂ ਕਿਹਾ ਜੀਰੋ ਬਾਕੀ ਪਾਰਟੀ ਅੱਜ ਉਹਨੇ ਉਹ ਮੈਂ ਸੋਚਿਆ ਤੁਸੀਂ 0-13 ਕਿਹਾ ਵੀ ਉਹ। ਦੇਖੋ ਗੱਲ ਇਹ ਹੈ ਕਿ ਕਲੇਮ ਕਰਨਾ ਅੱਡ ਗੱਲ ਹੁੰਦੀ ਹੈ ਤੇ ਜਦੋਂ ਚੋਣਾਂ ਦਾ ਨਤੀਜਾ ਆਉਂਦਾ ਉਦੋਂ ਅੱਡ ਗੱਲ ਹੁੰਦੀ ਹੈ, ਤੇ ਕਈ ਵਾਰ ਸਾਡੇ ਐਗਜ਼ਿਟ ਪੋਲਸ ਵੀ ਆਉਂਦੇ ਆ, ਸਰਵੇ ਰਿਪੋਰਟਸ ਵੀ ਆਉਂਦੀਆਂ, ਉਹ ਵੀ ਕਈ ਵਾਰ ਕੁਛ ਕਹਿੰਦੀ ਆ ਤੇ ਨਤੀਜੇ ਕੁਛ ਆਉਂਦੇ ਆ। ਤੋ ਇਹ ਤਾਂ 4 ਤਰੀਕ ਨੂੰ ਪਤਾ ਲੱਗੂਗਾ ਕਿ ਪੰਜਾਬ 'ਚ 13-0 ਹੁੰਦਾ ਕਿ 0-13 ਹੁੰਦਾ। ਸਰ BJP ਵੱਲੋਂ ਇੱਕ ਤੁਹਾਡੇ ਮੈਨੀਫੈਸਟੋ ਨੂੰ ਲੈ ਕੇ ਹਮਲਾ ਕੀਤਾ ਗਿਆ ਕਿ ਉਹਨਾਂ ਨੂੰ ਵੈਸਟ ਸਰਵੇ ਨੂੰ ਲੈ ਕੇ ਉਹਨਾਂ ਨੂੰ ਸਵਾਲ ਚੁੱਕੇ ਸੀਗੇ। ਦੇਖੋ ਜਦੋਂ ਚੋਣਾਂ ਆਉਂਦੀਆਂ ਨਾ, ਹਰ ਰਾਜਨੀਤਿਕ ਪਾਰਟੀ ਤੇ ਹਰ ਰਾਜਨੀਤਿਕ ਪਾਰਟੀ ਦੇ ਲੀਡਰ ਕੋਈ ਨਾ ਕੋਈ ਕਮੀਆਂ ਕੱਢਦੇ ਆ ਆਪਣਾ ਉਸ ਗੱਲ ਨੂੰ ਲੋਕਾਂ ਤੱਕ ਨੈਗੇਟਿਵ ਤਰੀਕੇ ਨਾਲ ਪਹੁੰਚਾਉਣ ਦੀ। ਇਹ ਲੋਕਾਂ ਨੇ ਸਮਝਣਾ ਹੁੰਦਾ, ਬਹੁਤ ਦੁਨੀਆ ਸਮਝਦਾਰ ਹੈ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਰ ਬੰਦਾ ਆਪ ਪੜ੍ਹਿਆ ਲਿਖਿਆ ਔਰ ਹਰ ਬੰਦਾ ਆਪ ਸੋਸ਼ਲੀ ਬਹੁਤ ਐਕਟਿਵ ਹੈ ਔਰ ਹਰ ਆਦਮੀ ਇਸ ਗੱਲ ਨੂੰ ਸਮਝਦਾ
ਕਿ ਇਹ ਨੈਰੇਟਿਵ ਬਿਲਡ ਕਰਨ ਦੀ ਕੀ ਗੱਲ ਹੋ ਰਹੀ ਹੈ। ਬਹੁਤ ਸਾਰੇ ਲੋਕ ਆਉਣ ਵਾਲੇ ਦਿਨਾਂ 'ਚ ਮੇਰੇ ਬਾਰੇ ਵੀ ਕੁਛ ਬੋਲਣਗੇ, ਲੇਕਿਨ ਮੇਰਾ ਏਜੰਡਾ ਇੱਕ ਪੋਜ਼ਿਟਿਵ ਏਜੰਡਾ, ਮੇਰਾ ਏਜੰਡਾ ਇੱਕ ਡਿਵੈਲਪਮੈਂਟ ਦਾ ਏਜੰਡਾ, ਮੇਰਾ ਏਜੰਡਾ ਇਸ ਇਲਾਕੇ ਦੇ ਜਿਹੜੇ ਬੱਚੇ ਆ ਉਹਨਾਂ ਦਾ ਚੰਗਾ ਬੈਟਰ ਭਵਿੱਖ ਹੋ ਸਕੇ, ਨੌਜਵਾਨੀ ਨੂੰ ਸਹਿਯੋਗ ਮਿਲ ਸਕੇ, ਉਰੇ ਲੋਕ ਇੰਪਾਵਰ ਹੋ ਸਕਣ, ਮੇਰਾ ਉਹ ਏਜੰਡਾ ਜੋ ਮੈਂ ਏਜੰਡਾ ਪਿੱਛੇ ਕਰਕੇ ਆਇਆ, ਉਹ ਏਜੰਡਾ ਮੈਂ ਆਉਣ ਵਾਲੇ ਸਮੇਂ 'ਚ ਉਰੇ ਕਰਨਾ ਚਾਹੁੰਦਾ।